ਵਾਹਿਗੁਰੂ ਖਾਲਸਾ ਫਤਿਹ ਪ੍ਰੋਗਰਾਮ ਮਨ ਕੀ ਬਾਤ ਸ਼ੁਰੂ ਹੋਏ ਫੋਨਾਂ ਚ ਪੈਗਾਸਸ ਸਪਾਈਵੇਅਰ ਦੀ ਵਰਤੋਂ ਬਾਰੇ ਕੋਈ ਠੋਸ ਸਬੂਤ ਨਹੀਂ। ਸੁਪਰੀਮ ਕੋਰਟ ਕਮੇਟੀਆਂ ਨੂੰ ਜਾਂਚ, ਕੇਂਦਰ ਸਰਕਾਰ ਵੱਲੋਂ ਸਹਿਯੋਗ ਨਾ ਮਿਲਣ ਦਾ ਦਾਅਵਾ। ਹੁਣ ਸੁਪਰੀਮ ਕੋਰਟ ਦਾ ਫਰਜ਼ ਬਣਦਾ ਕਿ ਜਿਸ ਕੇਂਦਰ ਸਰਕਾਰ ਨੇ ਇਸ ਕੰਮ ਚ ਸਹਿਯੋਗ ਨਹੀਂ ਦਿੱਤਾ, ਜਿਹੜੀ ਕੇਂਦਰ ਸਰਕਾਰ ਯਾਨੀ ਮੋਦੀ ਸਰਕਾਰ ਓਪੋਜੀਸ਼ਨ ਪਾਰਟੀਆਂ ਦੇ ਫੋਨ ਟੇਪ ਕਰਦੀ ਏ, ਉਨ੍ਹਾਂ ਕੋਲੋਂ ਰਾਜ ਸ਼ਕਤੀ ਖੋ ਲਵੇ ਤੇ ਇਨ੍ਹਾਂ ਨੂੰ ਸਾਰੇ ਪਾਵੇ ਜੇਲ੍ਹ ਤੇ ਮੋਦੀ ਸਮੇਤ ਸਾਰਿਆਂ ਦੀ ਛਿੱਤਰ ਪਰੇਡ ਹੋਣੀ ਚਾਹੀਦੀ ਏ। ਅਗਲੀ ਖਬਰ ਹੈ ਜੀ ਕਿ ਪੈਗਾਸਸ ਮੁੱਦੇ ਤੇ ਰਾਹੁਲ ਅਤੇ ਕਾਂਗਰਸ ਮਾਫ਼ੀ ਮੰਗਣਗੇ। ਭਾਜਪਾ ਦੇ ਬੰਦੇ ਬਹੁਤ ਘਟੀਆ ਤੇ ਨੀਚ ਹੁੰਦੇ ਨੇ, ਇਨ੍ਹਾਂ ਦੀ ਕੋਈ ਗੱਲ ਨਾ ਸੁਣੋ। ਪੈਗਾਸਸ ਜਾਂਚ ਮੋਦੀ ਸਰਕਾਰ ਨੇ ਕੁਝ ਲੁਕੋਇਆ ਕਾਂਗਰਸ, ਸੋ ਰਾਹੁਲ ਗਾਂਧੀ ਨੇ ਬੜੀ ਸਿਆਣੀ ਗੱਲ ਕੀਤੀ ਏ, ਜਿਹੜੇ ਲੁਕੋਏ ਨੇ ਉਨ੍ਹਾਂ ਨੂੰ ਐਸਾ ਲੁਕੋ ਦਿਓ ਕਿ ਇਨ੍ਹਾਂ ਤਰਫਾ ਕੇ ਮਾਰੋ। ਸੁਪਰੀਮ ਕੋਰਟ ਈਡੀ ਦੀਆਂ ਤਾਕਤਾਂ ਬਾਰੇ ਫੈਸਲੇ ਤੇ ਨਜ਼ਰਸਾਨੀ ਕਰਨ ਲਈ ਤਿਆਰ, ਸ਼ੁਕਰ ਏ। ਇਹ ਈਡੀ ਮਿਸ਼ਨਾਂ ਦੀ ਭੰਗ ਕਰ ਦੇਣੀ ਚਾਹੀਦੀ ਏ ਅਤੇ ਇੱਕ ਨਵੀਂ ਈਡੀ ਬਿਠਾਓ ਜਿਹੜੀ ਮੋਦੀ ਨੂੰ ਚੁੱਕ ਕੇ ਅੰਦਰ ਦੇਵੇ, ਅਮਿਤ ਸ਼ਾਹ ਨੂੰ ਅੰਦਰ ਦੇਵੇ, ਰਾਜਨਾਥ ਨੂੰ ਅੰਦਰ ਦੇਵੇ, ਖੱਟਰ ਨੂੰ ਅੰਦਰ ਦੇਵੇ, ਯੋਗੀ ਨੂੰ ਅੰਬਾਨੀਆਂ ਦੇਵੇ, ਇਨ੍ਹਾਂ ਦੀ ਛਿੱਤਰ ਪਰੇਡ ਹੋਵੇ। ਅਗਲੀ ਖਬਰ ਏ ਜੀ, ਭਾਰਤ ਨੇ ਸਲਮਾਨ ਰਸ਼ਦੀ ਤੇ ਹਮਲੇ ਦੀ ਨਿਖੇਧੀ ਕੀਤੀ। ਇਹ ਸਿਰਫ ਉਤਲੇ ਮੂੰਹ ਕੀਤੀ ਏ, ਜਦੋਂ ਰਸ਼ਦੀ ਸਾਹਿਬ ਕੁਛ ਸੱਚ ਲਿਖਦੇ ਰਹੇ ਨੇ ਤੇ ਇਹ ਮੋਦੀ ਸਰਕਾਰ ਉਨ੍ਹਾਂ ਖਿਲਾਫ਼ ਬਕਵਾਸ ਕਰਦੀ ਰਹੀ ਏ। ਹੁਣ ਯਾਰ ਚ ਉਨ੍ਹਾਂ ਤੇ ਹਮਲਾ ਹੋ ਗਿਆ ਤੇ ਲੱਗੇ ਨੇ ਨਿੰਦਿਆ ਕਰਨ, ਸੋ ਭਾਜਪਾ ਤੇ ਬਿਲਕੁਲ ਇਤਬਾਰ ਨਾ ਕਰੋ। ਐਨ ਡੀ ਟੀ ਵੀ ਪ੍ਰਮੋਟਰਾਂ ਦੀ ਹਿੱਸੇਦਾਰੀ ਹਾਸਲ ਕਰਨ ਲਈ ਅਡਾਨੀ ਗਰੁੱਪ ਨੂੰ ਸੇਬੀ ਦੀ ਮਨਜ਼ੂਰੀ ਜ਼ਰੂਰੀ, ਇਹ ਵੀ ਅਡਾਨੀਆਂ ਨੂੰ ਇਕ ਅਕਲ ਦੇਣ ਵਾਲਾ ਤਰੀਕਾ ਰੱਬ ਨੇ ਲੱਭਿਆ। 5G ਸੇਵਾਵਾਂ ਲਈ ਕੇਂਦਰ ਵੱਲੋਂ ਐਪਲੀਕੇਸ਼ਨ ਪੋਰਟਲ ਲਾਂਚ, ਮੈਂ ਕੀ ਲੈਣਾ ਦੇਣਾ ਇਨ੍ਹਾਂ ਗੱਲਾਂ ਤੋਂ। ਅਗਲੀ ਖਬਰ ਏ, ਬਿਲਕੀਸ ਬਾਨੋ ਕੇਸ ਦੇ ਦੋਸ਼ੀਆਂ ਨੂੰ ਛੋੜ ਦੇਣ ਸਮੇਂ ਕੀ ਦਿਮਾਗ ਵਰਤਿਆ ਗਿਆ, ਇਨ੍ਹਾਂ ਗੱਲਾਂ ਨਾਲ ਕੋਈ ਫਾਇਦਾ ਨਹੀਂ ਹੋਣਾ। ਜਿਹੜੇ ਵੱਧ ਦਿਮਾਗ ਨੇ ਉਨ੍ਹਾਂ ਨੂੰ ਕੁੱਟ ਕੁੱਟ ਕੇ ਅਧਮੋਏ ਕਰ ਦਿਓ, ਮੋਦੀਆਂ ਨੂੰ, ਮੋਦੀ ਦੇ ਬੰਦਿਆਂ ਨੂੰ, ਤੇ ਇਨ੍ਹਾਂ ਨੂੰ ਕੌਮਾਂ ਚ ਪਾ ਦਿਓ ਤੇ ਰਾਜ ਸ਼ਕਤੀ ਅਸੀਂ ਆਪੇ ਸੰਭਾਲ ਲਾਂਗੇ। ਅਗਲੀ ਖਬਰ ਏ ਜੀ, ਕੋਟਕਪੂਰਾ ਗੋਲੀਕਾਂਡ, ਸੁਖਵੀਰ ਨੂੰ ਜਾਂਚ ਟੀਮ ਸਾਹਮਣੇ ਪੇਸ਼ ਹੋਣ ਦੇ ਹੁਕਮ, ਸੋ ਮੈਨੂੰ ਅਰਦਾਸ ਹੈ ਕਿ ਸੁਖਵੀਰ ਕੁਮਾਰ ਬਾਦਲ ਬਹੁਤ ਜਲਦੀ ਜੇਲ੍ਹ ਚ ਹੋਣਗੇ ਅਤੇ ਚੱਕੀ ਪੀਸਣਗੇ। ਤੇ ਵਿਜੀਲੈਂਸ ਬਿਊਰੋ ਵੱਲੋਂ ਆਪਣੇ ਸਾਬਕਾ ਅਧਿਕਾਰੀ ਖਿਲਾਫ਼ ਲੁੱਕ ਆਊਟ ਨੋਟਿਸ ਜਾਰੀ, ਉਨ੍ਹਾਂ ਨੇ ਆਪਸ ਚ ਲੜ ਕੇ ਮਾਰ ਜਾਣਾ, ਇਹਦੀ ਐਸੀ ਤਾਸੀ। ਅੱਗੇ ਖਬਰ ਆ ਗਈ ਜੀ,